ਅੱਜ ਜੋਣਾ ਆਇਆ ਤੇ ਲਵ ਯੂ ਆਈ ਨੀ ਇਹ ਛੁੱਟੀਆਂ ਲੈ ਕੇ ਜੋਣਾ ਕਿਦਨ ਨਹੀਂ ਆਉਂਦਾ ਜੀ ਹੈ ਕਿਦਨ ਨਹੀਂ ਆਉਂਦਾ ਇਹ ਸੈਟਰਡੇ ਤੇ ਸੰਡੇ ਉਹ ਤਾਂ ਤੁਸੀਂ ਵੀ ਨਹੀਂ ਆਉਂਦੇ ਜੀ ਅੱਛਾ ਤੂੰ ਮੇਰੀ ਰੀਸ ਕਰੇਗਾ ਫਿਰ ਤੇ ਹੋਰ ਜੀ ਪੁੱਤਰ ਤੂੰ ਆਉਣਾ ਉਸ ਦਿਨ ਵੀ ਆ ਲੋਕਾਂ ਨੂੰ ਦੱਸ ਸਿਰਫ ਸ਼ੌਚਾਲਿਆ ਸਾਫ ਕਰਕੇ ਨਿਕਲ ਜਾਂਦਾ ਨਹੀਂ ਇਹ ਨਹੀਂ ਮੈਂ ਦੱਸਣ ਡਿਆ ਸਿਰਫ ਸਰ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਮੱਖਣ ਚੌਂਕੀਦਾਰ ਹਾਂ ਜੀ ਹਾਂਜੀ ਮੈਂ ਚੌਂਕੀਦਾਰ ਹਾਂ ਜੀ ਕੌਣ ਮੱਖਣ ਚੌਂਕੀਦਾਰ ਬੜਾ ਤੁਸੀਂ ਮੂੰਹ ਦੇ ਖਿਲਾਫ ਨਾਮ ਰੱਖਿਆ ਜੀ ਮੱਖਣ ਦੇਖਿਆ ਕਦੇ ਓਰੀਜਨਲ ਹਾਂਜੀ ਮੱਖਣ ਦੇਖਿਆ ਤੁਸੀਂ ਕਦੇ ਓਰੀਜਨਲ ਜੀ ਅਸੀਂ ਖਾਈਦਾ ਜੀ ਸਾਡਾ ਜੱਦੀ ਪੁਸ਼ਤੀ ਕੰਮ ਖਾਣਾ ਖਾਈਦਾ ਹਾਂਜੀ ਹਾਂਜੀ ਲੱਗਦਾ ਕਿਉਂ ਨਹੀਂ ਉਹ ਅੰਦਰ ਲੱਗਦਾ ਜੀ ਬਾਹਰ ਨਹੀਂ ਲੱਗਦਾ ਗੱਲ ਅੰਦਰ ਕਿੱਥੇ ਕੀ ਵੱਡੇ ਕਮਰੇ 'ਚ ਲੱਗਦਾ ਨਹੀਂ ਇਹਦੇ 'ਚ ਲੱਗਦਾ ਯਾਰ ਤੂੰ ਆਪਣੀ ਸ਼ਕਲ ਦੇਖ ਤੇਰੀ ਹਿੰਮਤ ਕਿੱਦਾਂ ਹੋਈ ਮੱਖਣ ਨਾ ਰੱਖਣ ਦੀ ਯਾਰ ਤੂੰ ਇੱਕ ਠਾਣੇਦਾਰ ਬੰਦਾ ਮੈਂ ਇੱਕ ਚੌਂਕੀਦਾਰ ਬੰਦਾ ਮੈਂ ਭਾਵੇਂ ਤੇਰੇ ਨਾਲ ਕਿਉਂ ਖੁੱਲਾ ਉਧਰ ਮੂੰਹ ਕਰ ਪੁੱਤਰ ਯਾਰ ਯਾਰ ਕਿਹਨੂੰ ਕਿਹਾ ਤੂੰ ਯਾ ਉਧਰ ਹੋ ਜਾ ਥੋੜਾ ਜਿਹਾ ਲੋਈ ਉਧਰ ਹੋ ਜਾ ਮਹਿਸੂਸ ਹੀ ਕੋਈ ਨਹੀਂ ਉਹ ਕੀ ਖਾਣਾ ਓਏ ਦੇਖੋ ਮੈਂ ਯਾਰ ਇਸ ਕਰਕੇ ਕਹਦਾ ਤੁਹਾਡੇ ਪਿੱਛੇ ਵੀ ਦਾਰ ਲੱਗਦਾ ਆ ਤੁਹਾਡੀ ਮੁੱਛ ਦਾ ਧਾਗਾ ਆ ਰਿਹਾ ਜੀ ਸੱਚੀ ਕਹਿ ਰਹੇ ਹੋ ਹਾਂਜੀ ਹਾਂਜੀ ਥੋੜਾ ਲੱਗਾ ਮੈਨੂੰ ਇਹ ਧਾਗਾ ਨਹੀਂ ਹੈ ਵਾਲ ਆ ਜੀ ਹੈ ਵਾਲ ਵਾਲ ਆ ਕੋਈ ਨਹੀਂ ਪੁੱਤਰ ਵਾਲ ਵਾਲ ਬਚੇ ਇਹ ਆਪਦਾ ਟੂਬ ਦੇ ਵਾਲ ਜਿੱਡਾ ਬੰਦਾ ਕਿੱਥੇ ਕਿੱਥੇ ਲਿਆਂਦਾ ਤੁਸੀਂ ਸਰਕਾਰ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਮੇਰਾ ਦਿਲ ਕਰਦਾ ਛੱਡਵੀਂ ਇੱਟ ਮਾਰਾਂ ਤੁਹਾਡੇ ਤੇ ਫੜਵੀਂ ਕਿਉਂ ਨਹੀਂ ਮਾਰਦੀ ਫੜਵੀਂ ਇਸ ਕਰਕੇ ਨਹੀਂ ਮਾਰਦੇ ਕਿਉਂਕਿ ਮੈਨੂੰ ਕੰਟਰੋਲ ਨਹੀਂ ਹੋਣਾ ਫਿਰ ਕਿਉਂਕਿ ਟੇਢੇ ਰੋੜੇ ਵਰਗਾ ਮੂੰਹ ਆ ਤੁਹਾਡਾ ਭਾਜੀ ਉਹ ਕਿਹੋ ਜਿਹਾ ਹੁੰਦਾ ਜੀ ਖੰਗਰ ਐਕਟਰ ਕੀ ਮਿਸਤਰੀ ਕਈ ਵਾਰੀ ਆਇਆ ਕਰਕੇ ਭੰਨ ਦਿੰਦੇ ਆ ਤੇ ਬਾਅਦ ਚ ਆਇਆ ਕਰਕੇ ਕੈਚ ਕਰਦੇ ਉਹ ਨਹੀਂ ਦੇਖਿਆ ਕਰ ਦੇਖੀ ਦੇਖੀ ਆ ਗਿਆ ਚੇਤਾ ਆ ਗਿਆ ਵਾਹ ਦੇਖੋ ਆ ਗਿਆ ਤੇ ਨਾਲ ਆਸਾ ਨਿਕਲ ਗਿਆ ਇਹਦਾ ਹਾਂ ਅੱਛਾ ਮੈਂ ਥਾਣੇਦਾਰ ਸਾਹਿਬ ਆਇਆ ਇੱਥੇ ਮੈਂ ਜਾਣਾ ਵਿਆਹ ਤੇ ਤੇ ਦਫਾ ਜਾ ਮੈਂ ਤੈਨੂੰ ਕੀ ਸ਼ਗਨ ਦੇਗਾ ਤੋਰਾ ਤੇ ਚੌਂਕੀਦਾਰ ਕੌਣ ਰਹੂ ਆਹਾ ਪਾਪਾ ਚਲੋ ਠੀਕ ਹੈ ਰੋਥਾ ਕਹਿ ਕੇ ਫਸ ਜਾਂਦਾ ਕਿਦਨ ਤੋਂ ਉਹ ਤੂੰ ਮਾਰਕੀਟ ਫਿਰ ਕੇ ਸੌਦਾ ਲਿਆ ਕਰ ਤੂੰ ਪਹਿਲੀ ਦੁਕਾਨ ਚੋਂ ਪਾਪਾ ਚੱਕ ਲੈ ਇਹ ਤੁਸੀਂ ਕਾਦੀ ਕਾਲੀ ਹੀ ਤੈਨੂੰ ਜੇ ਪਾਪਾ ਹੀ ਕਹਿਣਾ ਹੀ ਕਿੰਨੇ ਲੋਕ ਬੈਠੇ ਆ ਆਲੇ ਦੁਆਲੇ ਤੇਰੇ ਪੀਸੀਆਰ 'ਚ ਕਿਤੇ ਨਜ਼ਰ ਮਾਰ ਹਰ ਵਰਾਇਟੀ ਪਈ ਹੈ ਤੇਰੇ ਕੋ ਐਸੀ ਵਰਾਇਟੀ ਮਤਲਬ ਬਾਹਰ ਦੀ ਵਰਾਇਟੀ ਪਿੱਛੇ ਵਾਲ ਬੰਨੇ ਹੋਏ ਆ ਮੱਥਾ ਐਨ ਐਦਾਂ ਕਿ ਭਾਵੇਂ ਦਰੀ ਲਾ ਲਓ ਉੱਤੇ ਉਹ ਠੀਕ ਆ ਜੀ ਮੈਂ ਭਾਵਾਂ ਉਹ ਐਸੀਆਂ ਪਰਸਨੈਲਿਟੀਆਂ ਤੈਨੂੰ ਮਿਲਣਗੀਆਂ ਕਈ ਖੱਜਲ ਪਰਸਨੈਲਿਟੀਆਂ ਚੈੱਕ ਸ਼ਰਟ ਵਾਲੀਆਂ ਪਰਸਨੈਲਿਟੀਆਂ ਖੱਜਲ ਮਤਲਬ ਕਿੱਦਾਂ ਦੀ ਮੈਨੂੰ ਚੈੱਕ ਸ਼ਰਟ ਵਾਲੀਆਂ ਪਰਸਨੈਲਿਟੀਆਂ ਖੱਜਲ ਵਾਲੀ ਦੱਸੋ ਮੜਾ ਜੀ ਖੱਜਲ ਉਹੀ ਖੱਜਲ ਹੀ ਆ ਉਹ ਮਹਾਰਾਜ ਕੀ ਹੋ ਗਿਆ ਤੁਹਾਨੂੰ ਅੱਛਾ 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 ਹਾਂਜੀ ਹਾਂਜੀ ਹਰ ਤਰ੍ਹਾਂ ਦੀ ਪਰਸਨੈਲਿਟੀ ਕਾਲੀ ਪਰਸਨੈਲਿਟੀ ਵੀ ਆ ਨਹੀਂ ਕਾਲੀ ਛੱਡੋ ਜੀ ਬਸ ਹੋਰ ਟੀ-ਸ਼ਰਟ ਵਾਲੀ ਇੱਕ ਬੁੱਸੀ ਹੋਈ ਪਰਸਨੈਲਿਟੀ ਆ ਬੁੱਸੀ ਹੋਈ ਹਰ ਟਾਈਮ ਮੋਬਾਈਲ 'ਚ ਲੱਗੀ ਫਿਰਦੀ ਐਸੀਆਂ ਪਰਸਨੈਲਿਟੀਆਂ ਨਾ ਤੁਹਾਨੂੰ ਮਿਲੇ ਤੁਹਾਡਾ ਮਨ ਨਾ ਖੱਟਾ ਹੋਵੇ ਮੈਂ ਜ਼ਿੰਮੇਦਾਰ ਆ ਭਾਜੀ ਯਾਰ ਤੁਸੀਂ ਇੱਕ ਥਾਣੇਦਾਰ ਬੰਦੇ ਮੈਂ ਇੱਕ ਚੌਂਕੀਦਾਰ ਬੰਦਾ ਮੈਂ ਕਿਉਂ ਭਾਵਾਂ ਤੁਹਾਡੇ ਨਾਲ ਕੁੱਲਾ ਯਾਰ ਇਹ ਹੈਰਾਨਗੀ ਦੀ ਗੱਲ ਹੈ ਕਿ ਤੂੰ ਬੰਦਾ ਮੈਂ ਤੇ ਥਾਣੇਦਾਰ ਬੰਦਾ ਪਰ ਚੌਂਕੀਦਾਰ ਬੰਦਾ ਕਿਹੜੇ ਹਿਸਾਬ ਨਾਲ ਦਾਰਦਾਰ ਨਹੀਂ ਆਪਣੇ ਪਿੱਛੇ ਲੱਗਦਾ ਵਾਹ ਜੀ ਵਾਹ ਦਾਰਦਾਰ ਜਾ ਪੁੱਤਰ ਕਿਤੇ ਕਤਾਰ 'ਚ ਲੱਗ ਤੂੰ ਦਾਰ 'ਚ ਲੱਗ ਗਿਆ ਤੂੰ ਕਿਤੋਂ ਆਧਾਰ ਲੈ ਫਿਰ ਗੱਲ ਕਰ ਉਹ ਤੂੰ ਮੈਨੂੰ ਇੱਕ ਚੀਜ਼ ਨਹੀਂ ਸਮਝ ਆਈ ਤੂੰ ਵਿਆਹ ਜਾਣਾ ਤੁਹਾਨੂੰ ਆਉਂਦਾ ਕੀ ਸਮਝ ਆ ਹੈ ਮੈਂ ਕਹਿਣ ਡਿਆ ਫਰੈਂਕ ਹੋ ਰਿਹਾ ਨਾ ਫਿਰ ਛੇਤਰ ਖਾਣ ਵਾਲੇ ਕੰਮ ਕਰ ਰਹੇ ਨਾ ਇਹ ਫਰੈਂਕ ਇਹ ਚਾਹਨੇ ਹੁਣ ਹੈ ਫਰੈਂਕ ਨਹੀਂ ਫਰਾਈ ਹੁੰਦਾ ਏ ਬੇਟਾ ਅਗਲੀ ਵਾਰੀ ਆਈਲੈਟਸ ਵਾਲੇ ਨਹੀਂ ਜਿਹੜੇ ਚੰਡੀਗੜ੍ਹ 'ਚ ਜਿਹੜੇ ਵਧੀਆ ਕੋਚਿੰਗ ਵਾਲੇ ਜੀ ਉਹਨਾਂ ਸਾਰਿਆਂ ਨੇ ਇਕੱਠੇ ਹੋ ਕੇ ਥੱਪੜ ਮਾਰਨੇ ਤੇਰੇ ਇਹ ਕਿਹੜੀ ਇੰਗਲਿਸ਼ ਕੱਢੀ ਹੈ ਤੂੰ ਨਹੀਂ ਮੈਂ ਫਰਾਈ ਬਹੁਤ ਸੁਣਿਆ ਜੀ ਵਾਹ ਵਾਹ ਤੂੰ ਫਰਾਈ ਲੱਤਾਂ ਜੀ ਖਾਧੀਆਂ ਹਰ ਵਾਰੀ ਸਾਡੇ ਕੋਲੋਂ ਖਾਧੀਆਂ ਨਹੀਂ ਖਾਧੀਆਂ ਹਾਂ ਲੱਤਾਂ ਫਰਾਈ ਕਰਕੇ ਤੈਨੂੰ ਮਾਰੀਆਂ ਜਦੋਂ ਨਹੀਂ ਸਿੱਧੀਆਂ ਪੈਂਦੀਆਂ ਫਰਾਈ ਫਰੂਈ ਤਾਂ ਨਹੀਂ ਹੁੰਦੀ ਜੀ ਕੋਈ ਨਹੀਂ ਉਹ ਫਿਰ ਤੈਨੂੰ ਕਈ ਵੇਲੇ ਡਰਾਈ ਵੀ ਦਿੱਤੀਆਂ ਨਾ ਤੈਨੂੰ ਮਹਿਸੂਸ ਨਹੀਂ ਹੋਈਆਂ ਬਹੁਤੀਆਂ ਥਾਣੇਦਾਰ ਸਾਹਿਬ ਨੂੰ ਡੰਡਾ ਫਰਾਈ ਖਵਾਓਗਾ ਕਿਸ ਦਿਨ ਕੀ ਬਾਤ ਹੈ ਜੀ ਕੀ ਬਾਤ ਹੈ ਡੰਡਾ ਫਰਾਈ ਹਾਂ ਵੇਖੀ ਰਾਜ ਦਾ ਛੇਦੀ ਕਿੰਨਾ ਅੱਛਾ ਤੁਹਾਨੂੰ ਕਿਤੇ ਪਤਾ ਜੀ ਤੁਸੀਂ ਕਦੋਂ ਮਤਲਬ ਲਾਸਟ ਟਾਈਮ ਇਹ ਡਿਸ਼ ਖਾਧੀ ਮੈਂ ਨਹੀਂ ਜੀ ਖਾਧੀ ਪਰ ਖਵਾਈ ਵਾ ਤੈਨੂੰ ਜਿਹੜੇ ਪਿੰਡ ਚੋਂ ਅੱਛਾ ਇੱਕ ਮੈਂ ਤੁਹਾਨੂੰ ਸਲਾਹ ਦੇਣੀ ਸੀ ਹਾਂਜੀ ਹਾਂਜੀ 2 ਮਿੰਟ ਸਿਰਫ 2 ਮਿੰਟ ਹਾਂਜੀ ਮੂੰਹ ਬੰਦ ਰੱਖੀ ਆਪਣਾ ਪੁੱਤਰ ਡਾਂਗ ਲਾਇਆ ਯਾਰ ਰਜਾਈਆਂ ਕਿੰਨੇ ਤੇਰੇ ਭਾਫੇ ਨੇ ਘੁੱਟਨੀਆਂ ਕਰ ਉਹ ਰਾਤ ਨੂੰ ਕੋਈ ਐਰਾ ਗੈਰਾ ਬੰਦਾ ਲੰਘਦਾ ਤੇ ਉਹਨੂੰ ਫਿਰ ਸਿੱਧਾ ਕਰਨਾ ਪੈਂਦਾ ਜੀ ਗੈਰਾ ਬੰਦਾ ਕਿਦਾਂ ਦਾ ਹੁੰਦਾ ਦੱਸੋਗੇ ਮੈਨੂੰ ਜਿੱਦਾਂ ਐਰਾ ਗੈਰਾ ਆ ਐਰਾ ਤੇ ਹੋਇਆ ਗੈਰਾ ਕੀ ਹੋਇਆ ਐਰਾ ਕੀ ਹੋਇਆ ਜੀ ਇਹਦੇ ਅਰਥ ਹੁੰਦਾ ਗੈਰਾ ਬੰਦਾ ਸ਼ਬਦ ਤੂੰ ਵਿੱਚੋਂ ਨਵਾਂ ਕੁਐਸਚਨ ਕੱਢ ਲੈਣਾ ਹੀ ਅੱਗੇ ਕਨਫਿਊਜ਼ ਫਿਰਨ ਡੇ ਨੇ ਤੇ ਤੁਸੀਂ ਕਹਿਣਾ ਐਰਾ ਦਾ ਪਤਾ ਐਰਾ ਮੈਨੂੰ ਨਹੀਂ ਨਾ ਪਤਾ ਐਰਾ ਕੀ ਹੈ ਜੀ ਪਤਾ ਤੇ ਪੁੱਤਰ ਤੈਨੂੰ ਦੁਨੀਆ 'ਚ ਕਈ ਸਾਰੀਆਂ ਚੀਜ਼ਾਂ ਦਾ ਨਹੀਂ ਇਹ ਵੀ ਹੈ ਜੀ ਤੈਨੂੰ ਪਤਾ ਤੇਰਾ ਵਰਗਾ ਬੰਦਾ ਸਾਰੀ ਉਮਰ ਤੇਰੇ ਵਰਗਾ ਕੀ ਤੂੰ ਹਾਂ ਜੀ ਤੂੰ ਸਾਰੀ ਉਮਰ ਬੁਰਜ ਖਲੀਫਾ ਉੱਪਰ ਤੱਕ ਨਹੀਂ ਦੇਖ ਸਕਦਾ ਨਹੀਂ ਜੀ ਕਿਉਂਕਿ ਤੂੰ ਦੇਖਣਾ ਡਿੱਗ ਪੈਣਾ
ਐਡਾ ਉੱਚਾ ਹੁੰਦਾ? ਨਹੀਂ ਪੁੱਤਰ, ਹਜੇ ਵੀ ਤੂੰ ਬਹੁਤ ਹੈ, ਤੂੰ ਤੀਸਰੇ ਮਹਲੇ ਤੇ ਪਹੁੰਚਿਆ। ਐਡਾ ਉੱਚਾ ਹੁੰਦਾ? ਨਾ, ਇਹ 8ਵੇਂ ਤੱਕ ਪਹੁੰਚਿਆ, ਹੁਣ ਤੂੰ ਆਪੇ ਹਿਸਾਬ ਲਾ ਲਾ। ਮਤਲਬ ਬਾਜੀ ਰੱਖ ਜੂ, ਫਿਰ ਵੀ ਨਹੀਂ ਦਿਖਣਾ ਇਹ। ਪੁੱਤਰ ਬਾਜੀ ਵਾਸਤੇ ਪੈਸੇ ਹੋਣੇ ਚਾਹੀਦੇ ਬੰਦੇ ਕੋਲ, ਤੂੰ ਕਿਹਦੇ? ਆਹੋ ਆਹੋ, ਮੈਂ ਜਾਂਦਾ ਰਹਿਣਾ ਬੁਰਜ ਖਲੀਫੇ ਦੇ, ਸਾਡੇ ਕੋਠੀਆਂ ਉੱਥੇ ਜੀ ਦੋ। ਤੇਰੀ ਭੂਆ ਰਹਿੰਦੀ ਆ? ਦੋ ਕੋਠੀਆਂ, ਮੇਰਾ ਚਾਚਾ ਉੱਥੇ ਰਹਿੰਦਾ। ਜੇ ਚੱਲੋ ਤੁਹਾਨੂੰ ਮੈਂ ਨਹੀਂ ਹੱਥ ਮਿਲਾਓ, ਤੁਸੀਂ ਵੀ ਦਾਰ, ਮੈਂ ਵੀ ਦਾਰ, ਆਪਾਂ ਚੱਲ ਕੇ ਰਹਿੰਦੇ ਆ ਕੋਠੀ ਤੇ ਰਹਿੰਦੇ ਆ। ਉਹ ਡਿਨਰ ਕਰਦੇ ਆ ਉੱਥੇ, ਇਕੱਠੇ ਕਰਦੇ। ਕੀ ਖਾਣਾ? ਦਹੀਂ ਖਾਣੀ ਆ, ਮੱਖਣ ਖਾਣਾ, ਮੱਖਣ ਮੇਰਾ ਨਾਮ ਵਿੱਚ ਮੈਨੂੰ ਵੀ ਚੱਕਣਾ ਕੋਈ ਤੇ। ਜਦੋਂ ਬੰਦ ਹੋ ਜਾਏਗਾ ਬੁਰਜ ਖਲੀਫਾ, ਤੇਰੇ ਪਿਓ ਦੇ ਕਿਸੇ ਪਲਾਟ ਦਾ ਨਾਂ ਨੀ ਹੈ, ਇੱਕ ਬਿਲਡਿੰਗ ਆ, ਸਿੱਧੀ ਸਿੱਧੀ ਸਮਝ ਆਈ? ਪਲਾਟ ਨੀ ਜਿੱਥੇ ਤੇਰੇ ਪਿਓ ਨੇ ਕੋਠੀਆਂ ਪਾਈਆਂ, ਸਮਝ ਆਈ? ਜਿੱਥੇ ਚੜ ਕੇ ਤੂੰ ਜਾਣਾ, ਆਲੇ ਦੁਆਲੇ ਪੈਲੀਆਂ ਤੇ ਨਾਲੇ ਗੰਦੇ ਨਾਲੇ, ਸਮਝ ਆਈ? ਉਹ ਬੁਰਜ ਖਲੀਫਾ ਦਬੂਈ ਵਰਗਾ ਮੂੰਹ ਆ, ਦੁਬਈ ਕਿੱਥੋਂ ਚੱਲ ਗਿਆ ਜਾਏਗਾ ਉਹ? ਤੂੰ ਦਬੂਈ ਕਿੱਥੇ ਆ ਜੀ ਮੇਰੇ? ਦਬੂਈ ਸੁਣਿਆ ਨੀ ਕਦੀ? ਨਹੀਂ ਸੁਣਿਆ। ਕਿਆ ਬਾਤ ਹੈ, ਕਿਆ ਬਾਤ, ਦਬੂਈ ਨੀ ਸੁਣਿਆ? ਤੁਸੀਂ ਕਿਹੜੇ ਬੁਰਜ ਖਲੀਫਾ ਦੀ ਗੱਲ ਕਰਦੇ? ਤੁਸੀਂ ਕਿਹੜੇ ਬੁਰਜ ਖਲੀਫਾ ਦੀ ਗੱਲ ਕਰਦੇ? ਮੇਰੀ ਛੱਡ, ਤੂੰ ਕਿਹੜੇ ਦੀ ਗੱਲ ਕਰਦਾ? ਜਿਹਦੀ ਮੈਂ ਕਰਨ ਡਿਆ ਉਹ ਤੇ ਹਜੇ ਅਗਲੇ 50 ਸਾਲਾਂ 'ਚ ਤੇਰੇ ਨਸੀਬ 'ਚ ਨਹੀਂ। ਤੂੰ ਦੱਸ ਆਹ ਦੀਨਾ ਨਗਰ ਵਾਲਾ ਕੀ ਕਿਹਾ ਸੀ? ਮੈਂ ਤੁਹਾਨੂੰ ਮੈਂ ਕਿਹਾ ਕੀ ਸੀ ਤੁਹਾਨੂੰ? ਉਹ ਪੁੱਤਰ, ਉਹ ਮੇਰੇ ਬੱਚਿਆ, ਉਹ ਪੁੱਤਰ ਬੁਰਜ ਖਲੀਫਾ ਨੀ, ਉਹ ਇੱਟਾਂ ਦਾ ਭੱਠਾ। ਕੀ ਹੋ ਗਿਆ ਤੈਨੂੰ?